2 दिसंबर 2015 ਨੂੰ ਡੇਂਗੂ ਦੀ ਬਿਮਾਰੀ ਨਾਲ ਪੀੜਤ ਸੁਭਾਸ਼ ਚੰਦ ਨਾਮਕ ਵਿਅਕਤੀ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਦਾ ਦਾਖਲਾ ਨੰਬਰ 14036 ਸੀ ਅਤੇ ਉਹ 6 ਦਸੰਬਰ 2015 ਤੱਕ ਹਸਪਤਾਲ ਵਿੱਚ ਦਾਖਲ ਰਿਹਾ। ਇਲਾਜ ਦੇ ਦੌਰਾਨ ਉਸ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਉਸ ਦੇ ਖੂਨ ਦੀ ਜਾਂਚ ਕਰਵਾਈ ਸੀ। ਫਿਰ ਪਲੇਟਲੈਟਸ ਦੇ 2 ਯੂਨਿਟ ਲਗਾਏ ਗਏ ਸੀ ਜਿਨ੍ਹਾਂ ਦਾ ਨੰਬਰ 4656 ਅਤੇ 4066 ਸੀ, ਜਿਸ ਨੂੰ ਬਲੱਡ ਬੈਂਕ ਦੁਆਰਾ ਜਾਰੀ ਕੀਤਾ ਗਿਆ ਸੀ। ਹਸਪਤਾਲ ਤੋਂ ਛੁੱਟੀ ਮਿਲਣ ਤੋਂ 3-4 ਮਹੀਨਿਆਂ ਬਾਅਦ ਸੁਭਾਸ਼ ਚੰਦ ਸਿਹਤ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਉਸਨੇ ਪਹਿਲਾਂ ਇਲਾਜ ਕਰਨ ਵਾਲੇ ਡਾਕਟਰ ਨਾਲ ਸੰਪਰਕ ਕੀਤਾ ਅਤੇ ਆਪਣਾ ਇਲਾਜ ਸ਼ੁਰੂ ਕਰਵਾ ਦਿੱਤਾ। ਡਾਕਟਰ ਦੁਆਰਾ ਦਿੱਤੀ ਗਈ ਜਾਂਚ ਵਿੱਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਕਿ ਸੁਭਾਸ਼ ਚੰਦਰ ਕਾਲੇ ਪੀਲੀਏ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ, ਜਿਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਸੀ, ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੇ ਅਸੀਂ ਉਪਭੋਗਤਾ ਅਦਾਲਤ ਦਾ ਦਰਵਾਜ਼ਾ ਖੜਕਾਇਆ। ਮੈਨੂੰ ਕੋਈ ਡੇਂਗੂ ਹੋ ਗਿਆ ਸੀ ਜੀ 2015 ਚ ਜੀ 2 ਦਸੰਬਰ ਨੂੰ ਮੈਂ ਦਾਖਲ ਹੋਇਆ ਸੀ ਜੀ ਅਤੇ ਉੱਤੇ ਮੈਨੂੰ ਮਤਲਬ ਕਿ ਖੂਨ ਚੜ੍ਹਿਆ ਸੀ ਜੀ ਉਹ ਕਾਲੇ ਪੀਲੀ ਵਾਲਾ ਖੂਨ ਚੜ੍ਹਾਤਾ ਸੀ ਜੀ 6 ਤਰੀਕ ਨੂੰ ਮੈਨੂੰ ਡਿਸਚਾਰਜ ਕੀਤਾ ਸੀ ਜੀ ਅਤੇ ਮਹੀਨੇ ਡੇਢ ਮਹੀਨੇ ਬਾਅਦ ਮੇਰੇ ਪੇਟ 'ਚ ਤਕਲੀਫ ਆਉਣ ਲੱਗੀ ਜੀ ਅਤੇ ਮੈਂ ਮਤਲਬ ਕਿ ਫਿਰ ਸਰਕਾਰੀ ਹਸਪਤਾਲ 'ਚ ਗਿਆ ਮੈਨੂੰ ਤਕਲੀਫ ਆਉਣ ਲੱਗੀ ਜੀ ਅਤੇ ਡਾਕਟਰ ਨੂੰ ਮੇਰਾ ਟੈਸਟ ਕਰਵਾਇਆ ਜੀ ਟੈਸਟ ਤੋਂ ਮੈਨੂੰ ਪਤਾ ਲੱਗਿਆ ਵੀ ਕਾਲਾ ਪੀਲੀਆ ਹੈ ਉਹ ਕਹਿੰਦਾ ਤੇਰੇ ਖੂਨ ਗਲਤ ਚੜ ਗਿਆ ਜੀ ਅਤੇ ਉਸ ਤੋਂ ਬਾਅਦ ਮਤਲਬ ਕਿ ਮੈਂ ਦਰਖਾਸਤਾਂ ਦੁਰਖਾਸਤਾਂ ਬਹੁਤ ਦਿੱਤੀ ਜੀ ਮੇਰੀ ਕੋਈ ਸੁਣਵਾਈ ਨਹੀਂ ਡੀ ਸੀ ਸਾਹਿਬ ਨੇ ਇਨਕੁਆਇਰੀ ਕੀਤੀ ਸੀ ਉਹਦੇ ਵਿੱਚ ਵਿਜੇ ਕੁਮਾਰ ਦੋਸ਼ੀ ਪਾਇਆ ਗਿਆ ਸੀ ਜੀ ਅਤੇ ਉਹਦੇ ਖਿਲਾਫ਼ ਫਿਰ ਵੀ ਕਾਰਵਾਈ ਨਹੀਂ ਕੀਤੀ ਮੈਂ ਮਜਬੂਰ ਹੋ ਕੇ ਜੀ ਫਿਰ ਕਸੂੰਬਰ ਕੋਰਟ 'ਚ ਕੇਸ ਕੀਤਾ ਸੀ ਜੀ ਅਤੇ 2 ਸਾਲ ਤਕਰੀਬਨ ਇੱਥੇ ਕੇਸ ਚੱਲਿਆ ਜੀ ਅਤੇ ਮੈਨੂੰ ਹੁਣ ਮਤਲਬ ਕਿ 2 ਲੱਖ ਰੁਪਈਆ ਹਰਜ਼ਾਨਾ ਉਹਨਾਂ ਨੂੰ ਪਾਇਆ ਸੀ ਐੱਮ ਓ ਸਾਹਿਬ ਨੂੰ ਜੀ ਮੈਨੂੰ ਮਿਲੂਗਾ ਜੀ 45 ਦਿਨਾਂ ਦੇ ਅੰਦਰ ਅੰਦਰ ਜੀ ਉਹ ਕੁਛ ਵੀ ਨਹੀਂ ਮਿਲਿਆ ਜੀ ਮੈਨੂੰ ਬਹੁਤ ਘੱਟ ਮਿਲਿਆ ਮੈਂ ਹਾਈ ਕੋਰਟ ਜਾਊਂ ਸੁਭਾਸ਼ ਚੰਦ ਦੇ ਵਕੀਲ ਸਤੀਸ਼ ਕੁਮਾਰ ਅਤੇ ਦੀਪ ਇੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ਸਟਾਫ ਦੁਆਰਾ ਪੀੜਤ ਨੂੰ ਬਲੱਡ ਬੈਂਕ ਤੋਂ ਮਿਲੇ 2 ਯੂਨਿਟ ਬਲੱਡ ਨੰਬਰ 4656 ਅਤੇ 4068 ਲਗਾਏ ਗਏ ਸੀ, ਜਿਨ੍ਹਾਂ ਵਿੱਚੋਂ ਯੂਨਿਟ ਨੰਬਰ 4068 ਦਾ ਬਲੱਡ ਬੈਂਕ ਲੈਬੋਰੇਟਰੀ ਵਿੱਚ ਟੈਸਟ ਨਹੀਂ ਕੀਤਾ ਗਿਆ, ਜਿਸ ਕਾਰਨ ਸੁਭਾਸ਼ ਚੰਦਰ ਕਾਲੇ ਪੀਲੀਏ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ। ਅਸੀਂ ਉਪਭੋਗਤਾ ਅਦਾਲਤ ਵਿੱਚ ਕੇਸ ਦਾਇਰ ਕੀਤਾ ਤਾਂ ਅਦਾਲਤ ਨੇ ਬਲੱਡ ਬੈਂਕ ਕਰਮਚਾਰੀ ਨੂੰ ਦੋਸ਼ੀ ਠਹਿਰਾਉਂਦਿਆਂ ਸਿਹਤ ਵਿਭਾਗ ਦੇ ਮੁੱਖ ਸਕੱਤਰ ਡਾਇਰੈਕਟਰ ਸਿਹਤ ਅਤੇ SMO ਨੂੰ 2 ਲੱਖ ਰੁਪਏ ਜੁਰਮਾਨਾ ਅਦਾ ਕਰਨ ਦੇ ਆਦੇਸ਼ ਦਿੱਤੇ, ਜੋ ਕਿ 45 ਦਿਨਾਂ ਵਿੱਚ ਭਰਨੇ ਪੈਣਗੇ। ਟਾਈ ਨਿਊਜ਼ ਪੰਜਾਬ ਲਈ ਮਾਨਸਾ ਤੋਂ ਭਿਸ਼ਮ ਗੋਇਲ ਦੀ ਰਿਪੋਰਟ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।